ਸਾਡਾ ਦੋਸਤ ਮਿੱਤਰ ਤੇ ਯਾਰ ਸੰਦੀਪ ਨਵੀਂ ਸੀਰੀਜ਼ ਨਵਾਂ ਦਿਨ ਨਵਾਂ ਵਲੌਗ ਐਂਡ ਨਵਾਂ ਹੇਅਰ ਕੱਟ ਸੋ ਕਸ਼ਮੀਰ ਸੀਰੀਜ਼ ਖਤਮ ਹੋ ਚੁੱਕੀ ਹੈ ਗਰਮੀਆਂ ਦੇ ਦਿਨ ਨੇ ਪੰਜਾਬ ਦੇ ਵਿੱਚ ਵੀ ਅਤੇ ਹਰਿਆਣੇ ਦੇ ਵਿੱਚ ਵੀ ਅਤੇ ਅੱਜ ਅਸੀਂ ਨਵੀਂ ਸੀਰੀਜ਼ ਲੈ ਕੇ ਆ ਰਹੇ ਹਾਂ ਅਸੀਂ ਚੱਲੇ ਹਾਂ ਰਿਸ਼ੀਕੇਸ਼ ਹਰਿਦੁਆਰ ਘੁੰਮਣ ਵਗੈਰਾ ਆ ਸਾਰੇ ਆਫਿਸ ਦੇ ਕਲੀਗਸ ਨੇ ਟ੍ਰਿਪ ਦੇ ਵਿੱਚ ਤੁਹਾਨੂੰ ਇਹਨਾਂ ਨਾਲ ਇੰਟਰੋ ਵੀ ਕਰਵਾਵਾਂਗੇ ਨਾਲ ਮਿਲਾਵਾਂਗੇ ਵੀ ਦਿਖਾਵਾਂਗੇ ਵੀ ਅਤੇ ਬਾਕੀ ਜੁੜੇ ਰਹੋ ਚੈਨਲ ਨਾਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਯਾਰ ਇਨੋਵਾ ਕੀਤੀ ਹੋਈ ਆ ਦੇਖੋ ਆਹ ਆ ਗਈ ਹੈ ਗੱਡੀ ਇਨੋਵਾ ਹੈ ਵੀ ਅੱਛੀ ਦੇਖੋ ਲੁੱਕ ਵੀ ਅੱਛੀ ਹੈ ਸੋ ਯਾਰ ਮਤਲਬ ਪੈਟਰੋਲ ਵਗੈਰਾ ਪਾ ਲਿਆ ਆਪਣੀ ਗੱਡੀ ਦੇ ਵਿੱਚ ਚਾਹ ਪੀਣ ਲਈ ਰੁਕੇ ਹਾਂ ਅਤੇ ਪਹਿਲਾ ਸਟੋਪੇਜ ਹੈ ਦਿੱਲੀ ਦੇ ਵਿੱਚ ਹੀ ਹਾਂ ਹਜੇ ਤੱਕ ਅਤੇ ਪਿੱਛੇ ਉਹ ਮੇਰਠ ਹਾਈਵੇ ਹੈ ਸਾਹਮਣੇ ਵਾਲਾ ਇੱਕ ਵਾਰ ਮੇਰਠ ਹਾਈਵੇ ਆਪਾਂ ਚੜ੍ਹ ਗਏ ਉਸ ਤੋਂ ਬਾਅਦ ਕਿਤੇ ਨਹੀਂ ਰੁਕਣਾ ਬਸ ਸਿੱਧਾ ਜਾ ਕੇ ਆਪਾਂ ਮੇਰਠ ਰੁਕਾਂਗੇ ਠੀਕ ਹੈ ਕਾਫੀ ਮਤਲਬ ਸਭ ਤੋਂ ਪਾਪੂਲਰ ਵਨ ਆਫ ਦਾ ਪਾਪੂਲਰ ਹਾਈਵੇ ਹੈ ਇੱਥੇ ਦਾ ਚਲੋ ਆਓ ਆਪਾਂ ਫੈਨ ਖਾਈਏ ਅਤੇ ਕੋਲਡ ਡਰਿੰਕ ਚਾਹ ਪੀਏ ਫੈਨ ਅਤੇ ਚਾਹ ਪੀਏ ਆਹ ਨੁੱਜਦਾ ਤਾਂ ਤੁਹਾਨੂੰ ਪਤਾ ਹੀ ਹੋਏਗਾ ਠੀਕ ਹੈ ਆਹ ਦਰੇਨ ਹੈ ਹੋਰ ਦਰੇਨ ਕਿਵੇਂ ਹੈ ਆਹ ਅੰਕਿਤ ਹੈ ਠੀਕ ਹੈ ਉਹ ਸੁਵੇਸ਼ ਹੈ ਜੀ ਉਹ ਐਮ ਐਨ ਸੀ ਦੇ ਵਿੱਚ ਉਹਨੂੰ ਜੋਬ ਮਿਲੀ ਆ 25-30 ਲੱਖ ਰੁਪਏ ਦਾ ਪੈਕੇਜ ਚੱਕ ਰਿਹਾ ਮੁੰਡਾ ਠੀਕ ਹੈ ਟੀਅਰ 1 ਕੰਪਨੀ ਦੇ ਵਿੱਚ ਕਿਉਂ ਕਿਉਂ ਇੱਧਰ ਟੀਅਰ 1 ਕੰਪਨੀ ਵਾਲੇ ਸਰ ਸਰ ਮੇਰਠ ਐਕਸਪ੍ਰੈਸ ਹਾਈਵੇ 'ਤੇ ਆਪਾਂ ਆ ਗਏ ਹਾਂ ਹੁਣ ਸਿੱਧੀ ਰੋਡ ਜਾਣੀ ਹੈ 100-150 ਕਿਲੋਮੀਟਰ 'ਤੇ ਗੱਡੀ ਜਾਏਗੀ ਰਸਤੇ ਜਾਂਦੇ ਹੋਏ ਤੁਹਾਨੂੰ ਦਿਖਾਉਂਦੇ ਜਾਵਾਂਗੇ ਮੇਰਠ ਐਕਸਪ੍ਰੈਸ ਹਾਈਵੇ ਵਾਰ ਤੇ ਰਿਸ਼ੀਕੇਸ਼ ਦੇ ਰਸਤੇ ਦੇ ਵਿੱਚ ਚੱਲਦੇ ਚੱਲਦੇ ਹਾਈਵੇ ਦੇ ਉੱਤੇ ਅਸੀਂ ਆ ਗਏ ਹੋਏ ਹਾਂ ਫਨ ਐਂਡ ਫੂਡ ਕਾਰਨੀਵਲ 'ਤੇ ਉਹ ਦੇਖੋ ਪਿੱਛੇ ਅਸੀਂ ਥੋੜ੍ਹਾ ਨਾਸ਼ਤਾ ਕਰਾਂਗੇ ਅਤੇ ਮੈਂ ਤੁਹਾਨੂੰ ਲੁੱਕ ਵੀ ਦਿਖਾਉਣਾ ਇੱਥੇ ਕੀ ਹੈਗਾ ਜੀ ਇਹ ਐਂਟਰਸ ਹੈ ਤੁਸੀਂ ਐਂਟਰਸ ਦੇ ਵਿੱਚ ਹੀ ਲੁੱਕ ਦੇਖ ਸਕਦੇ ਹੋ ਕਾਫੀ ਅੱਛੀ ਬਣਾਈ ਹੋਈ ਹੈ ਫਨ ਐਂਡ ਫੂਡ ਕਾਰਨੀਵਲਸ ਐਂਡ ਦਾ ਫੂਡ ਸਟਰੀਟ ਹੈ ਕੇ ਐਫ ਸੀ ਹੈ ਸਬਵੇ ਹੈ ਪੀਜ਼ਾ ਹੱਟ ਕੋਸਤਾ ਕਾਫੀ ਕਾਫੀ ਕੁਛ ਹੈ ਬੀਕਾਨੇਰ ਵੀ ਹੈ ਬਾਕੀ ਆ ਪਾਰਕਿੰਗ ਆ ਓਪਨ ਪਾਰਕਿੰਗ ਹੈ ਅੰਦਰ ਜਾ ਕੇ ਦੇਖਦੇ ਹਾਂ ਲੋ ਵੀ ਕਿਡਸ ਦੇ ਲਈ ਵੀ ਸੈਕਸ਼ਨ ਹੈਗਾ ਟ੍ਰੇਨ ਵੀ ਹੈ ਜੰਪਿੰਗ ਜੈਕਸ ਐਂਡ ਪਲੇਨ ਰਾਈਡਸ ਬਾਕੀ ਲੁੱਕ ਦੇਖੋ ਫਨ ਐਂਡ ਫੂਡ ਕਾਰਨੀਵਲ ਸੀ ਜੀ ਅੰਦਰ ਐਂਟਰ ਕਰਦੇ ਸਾਰ ਹੀ ਇੱਕ ਪਾਸੇ ਬੀਕਾਨੇਰ ਹੈ ਇੱਕ ਪਾਸੇ ਅਦਰ ਫੂਡ ਕੋਰਟਸ ਨੇ ਹੁਣ ਆਪਾਂ ਬੀਕਾਨੇਰ ਜਾ ਕੇ ਦੇਖਦੇ ਹਾਂ ਵੀ ਕਾਫੀ ਪੈਕਡ ਹੈ ਕਾਫੀ ਫੁੱਲ ਪਿਆ ਬੀਕਾਨੇਰ 'ਤੇ ਚਾਈਨੀਜ਼ ਕੋਂਟੀਨੈਂਟਲ ਸੋ ਮੇਰਠ ਹਾਈਵੇ ਦੇ ਸਾਹਮਣੇ ਕਾਫੀ ਰਸ਼ ਹੈ ਸਾਨੂੰ ਆਈ ਥਿੰਕ ਇੱਥੇ ਕਾਫੀ ਟਾਈਮ ਲੱਗਣ ਵਾਲਾ ਹੈ ਉਹ ਜੀ ਦੇਖੋ ਆਹ ਬੈਠੇ ਆਪਣੇ ਵਾਲੇ ਸਵੇਰੇ 5 ਵਜੇ ਨਿਕਲੇ ਸੀ ਅਜੇ 8:30 ਹੋਏ ਆ ਅਤੇ ਗਰਮੀ ਬਾਹਰ ਇੰਨੀ ਹੈ ਕਿ ਪੁੱਛੋ ਨਾ ਮਤਲਬ ਜਿਹਨੇ ਕਸ਼ਮੀਰ ਸੀਰੀਜ਼ ਨਹੀਂ ਦੇਖੀ ਬਾਈ ਥੋੜ੍ਹੀ ਠੰਡਕ ਦਾ ਅਹਿਸਾਸ ਲੈਣਾ ਆ ਅਤੇ ਮੈਂ ਲਿੰਕ ਪਾ ਦਾਂਗਾ ਕਸ਼ਮੀਰ ਸੀਰੀਜ਼ ਦਾ ਅਤੇ ਜਾ ਕੇ ਤੁਸੀਂ ਦੇਖੋ ਬਾਕੀ ਸਿਵੇਸ਼ ਨੂੰ ਇੱਕ ਸਿਵੇਸ਼ ਕਹਿ ਰਿਹਾ ਆ ਕਿ ਬਾਈ ਇਹ ਰੈਸਟੋਰੈਂਟ ਬਹੁਤ ਮਹਿੰਗਾ ਹੈ ਉਹ ਬੈਟਰ ਹੈ ਕਿ ਆਪਾਂ ਕਿਤੇ ਹੋਰ ਚਲੀਏ ਤਾਂ ਦੇਖ ਰਹੇ ਹਾਂ ਜੇ ਹੁਣ ਇੱਥੇ ਬੈਠ ਕੇ ਖਾਣਾ ਇੱਥੇ ਬੈਠ ਕੇ ਖਾਵਾਂਗੇ ਨਹੀਂ ਤਾਂ ਕਿਤੇ ਹੋਰ ਜਾਵਾਂਗੇ ਅਭੀ ਕਹਿ ਰਿਹਾ ਕਿ ਐਮ ਐਨ ਸੀ ਮੈਂ ਸਿਲੈਕਟ ਜ਼ਰੂਰ ਹੋ ਗਿਆ ਹਾਂ ਲੇਕਿਨ ਅਭੀ ਤੱਕ ਸੈਲਰੀ ਨਹੀਂ ਮਿਲੀ ਹੈ ਠੀਕ ਹੈ ਸੋ ਯਾਰ ਕੁੱਲੜ ਚਾਏ ਆ ਗਈ ਹੈ ਯਹਾਂ ਕੀ ਬਾਕੀ ਕੁੱਲੜ ਚਾਏ ਕੇ ਸਾਥ ਸਮੋਸੇ ਮੰਗਵਾਏ ਹੈ ਉਹ ਖਾ ਕੇ ਦੇਖਦੇ ਹੈ ਔਰ ਆਜ ਕੇ ਦਿਨ ਕੀ ਹੈ ਸੈਕਿੰਡ ਚਾਏ ਹੈ ਮੇਰੇ ਸਾਥ ਜੋ ਹੈ ਵੋ ਚਾਏ ਕੇ ਅਮਲੀ ਹੈ ਉਹ ਦੇਖਦੇ ਲੋ ਬਾਈ ਸਮੋਸੇ ਵੀ ਆ ਗਏ ਸਰ ਧੰਨਵਾਦ
आपकी टिप पक्की है ठीक है। चलो देखो तीन तीन समोसे एक ही लड़का खा रहा है ये देख लो हाल। फाइनली कूलर चाय नॉर्मल है यार, इतनी खास नहीं है, बढ़िया नहीं है। पहली बाइट लेते सारी पता चल जाता है कि ताजे बने हैं कि कल रात के बने हैं, ये कल वाले समोसे। सो गाइस बाहर आ गए हैं ते चाह तो समोसे ही ले। बस ये भी सोचा सीगा कि मतलब नाश्ता करते हैं, परौंठे वगैरह है, बट परौंठे वगैरह नहीं मिले ते चाह ते बहुत ही घटिया सी। आई वुड से चाट एंड चाय नाम का कोई कंपनी है इतने, तो इट वॉज नॉट गुड। बाकी समोसे भी इन्हें खास नहीं सीखे, सो विल नॉट गो नो रिकमेंड दिस थिंग्स और दिस प्लेस। हाँ लेकिन अगर सब्बे खाना है तो KFC वगैरह खाना है, उनका तो स्टैंडर्ड टेस्ट है, तो वो ट्राई कर सकते हो ठीक है। बाकी इतना अच्छा नहीं लगा मुझे, तो चलो अब आप आगरे डेस्टिनेशन पे चलते हैं, किसी लोकल ढाबे पे जाके अब पराठे खाएंगे रस्ते में और देखते हैं उनका टेस्ट क्या होता है, इनसे तो बैटरी होगा जहाँ तक मुझे लगता है। चलो ये भी हैगा पार्किंग देने वाली, देखो बिल्कुल छोटा सा गार्डन एरिया बना रखे है लुक्स दे लई फन एंड कार्निवल दे विच। सो यार चलते चलते फिर असी गणपति टूरिस्ट ढाबे ते आ गए हैं। काफ़ी टाइम तो इन्हां दे पोस्टर ते पोस्टर आ रहे सी रस्ते दे विच, तो फाइनली गणपति दा ढाबा आ गया। इत्थे परौंठे हुण फाइनली परौंठे खा के देखते हैं, पता नहीं मिलणगे भी कि नहीं मिलणगे ते किहो जिहे मिलणगे। चलो अंदर चलते हैं जाके दिखाने, बाकी तुसीं विच म्यूजिक सुन ही सकते हो। गणपति टूरिस्ट ढाबा जी, गणपति दे ढाबे दी इंटरनल लुक है, काफ़ी रश है, मतलब इन्ना है रेस्टोरेंट में सारे दे विच इत्थे काफ़ी रश वेख्या। बाकी अंदर जाके देखते हैं की टेस्ट दिंदे, देखो सोहा बैठे है जी, देखो अपने आले आ स्वामी जी दे बिल्कुल थले। गणपति दे आपां अपना स्पैशल गोभी दा पराठा मंगा लिया, तंदूरी पराठे होंदे आ इत्थे, इत्थे तवे वाले पराठे नहीं हैगे। सो गोभी वाला मंगाया, मिक्स मंगाया ते अपना आलू वाले पराठे मंगाए आ। देखो सारे खा के दसणगे अपने अपने व्यूज कि उन्हां नूं किहोजा लगे। खाण तों सुणदा इस मिक्स पराठा ते वाइट मक्खन, वाइट मक्खन नाइस। खा के देखते हैं दही के साथ। सो गाइस भूख लगी थी, ये देख लो प्लेटें खा ली हैं, अभी परौंठों की ओवर वेट हो रही है, सबके सब थक चुके हैं परौंठों की वेट करते करते। तो यार 10:30 हुए हैं और माय गॉड यहाँ पे गर्मी बहुत ज़्यादा हो गई है। खाना खा लिया है ठीक है, ब्रेकफास्ट हो गया परौंठे परौंठे और मक्खन और अचार ठीक है, तो एवरेज था लेकिन ठीक है, भूख लगी थी तो खाना था हमें तो, लेकिन अंदर रश बहुत था, रश के हिसाब से मेरे को इतना टेस्ट नहीं लगा क्योंकि काफी जल्दी जल्दी कर रहे थे। तो बेटर है टाइम निकाल के अगर आए हो तो थोड़ी देर बैठ के जाओ और घूम फिर के जाओ। तो बाकी हमारी जर्नी अभी भी चली रही है, अभी तक तो हमारी बार पहुंचे नहीं है, तो व्लॉग कंटिन्यू चल ही रहा है ठीक है। अभी देखते हैं और कहाँ कहाँ पे जाके हम लोग स्टॉपिंग करते हैं।